ਆ ਬੰਦਾ ਦੇਖਿਆ ਦੇਖਿਆ ਹਾਂ ਫੋਟੋਗ੍ਰਾਫਰ ਸਾਹਿਬ ਸਾਡੇ ਆ ਨਹੀਂ 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 ਭਾਜੀ ਮੈਂ ਤੁਹਾਨੂੰ ਦੱਸਣ ਡਿਆ ਗਿਫਟ ਦੀ ਨਹੀਂ ਗੱਲ ਗੱਲ ਇਹ ਆ ਵੀ ਮੈਂ ਅਮਰੀਕਾ ਦੇ ਲੋਕਾਂ ਦਾ ਇੰਪ੍ਰੈਸ ਬਹੁਤ ਆ ਅਮਰੀਕਾ ਦੇ ਲੋਕ ਮੈਚਿਓਰ ਬਹੁਤ ਆ ਹਾਂ ਹੁਣ ਤੁਸੀਂ ਕੋਈ ਉਹੋ ਜਿਹਾ ਵੀ ਮੈਨੂੰ ਟੱਕਰੇ ਨਾ ਤੁਸੀਂ ਉਹਨੂੰ ਸਾਈਡ ਤੇ ਕਰ ਦੇਣਾ ਵੀ ਇਹੀ ਇਮੇਜ ਨਹੀਂ ਵਿਗੜਨ ਦੇਣੀ ਹੈ ਹਾਂ ਉਹ ਹੁੰਦਾ ਹੀ ਆ ਫਿਰ ਉਹੋ ਜਿਹਾ ਵੀ ਬੰਦਾ ਅਪਰੋਚ ਕਰਦਾ ਵਾ ਅਤੇ ਭਾਜੀ ਹੁਣੇ ਆਏ ਕੈਲੀਫੋਰਨੀਆ ਤੋਂ ਅਤੇ ਭਾਜੀ ਹੁਣਾਂ ਦਾ ਹਰਾ ਟਰੱਕ ਆਪਣੀ ਨੈਕਸਟ ਕੁਝ ਦਿਨਾਂ ਦੀ ਰਾਈਡ ਹੋਊਗਾ ਅਤੇ ਭਾਜੀ ਦੇ ਨਾਲ ਆਪਾਂ ਉਹ ਨਹੀਂ ਨਹੀਂ ਉਹ ਤਾਂ ਹੈ ਉਹ ਤਾਂ ਆਪਾਂ ਇੱਥੇ ਘੁੰਮਾਂਗੇ ਪਰ ਨਹੀਂ ਨਹੀਂ ਭਾਜੀ ਮੈਂ ਭੱਜਣ ਨੂੰ ਨਹੀਂ ਫਿਰਦਾ ਮੈਨੂੰ ਇਹ ਹੁੰਦਾ ਵੀ ਮੇਰੀ ਵਜ੍ਹਾ ਕਰਕੇ ਕਿਸੇ ਨੂੰ ਇੰਨੀ ਕਨਵੀਨੀਅੰਸ ਬਿਲਕੁਲ ਨਾ ਹੋਵੇ ਹਾਂਜੀ ਇਹ ਹੁੰਦਾ ਬਸ ਹਾਂ ਇਹ ਹੁਣ ਅਸੀਂ ਆ ਗਏ ਹਾਂ ਇੱਕ ਇੰਡੀਅਨ ਸਟਾਈਲ ਆਹ ਤਾਂ ਤੁਹਾਨੂੰ ਭੁਲੇਖਾ ਪੈਂਦਾ ਹੋਣਾ ਨਾ ਪੂਰਾ ਉਹ ਪਿੱਛੇ ਡੱਬੇ ਵੀ ਚਣੇ ਪਏ ਉਹਦੇ ਹਿਸਾਬ ਨਾਲ ਹੀ ਅਤੇ ਇੰਡੀਅਨ ਰੈਸਟੋਰੈਂਟ ਆ ਬ੍ਰੇਕਫਾਸਟ ਇੱਥੇ ਕਰਨਾ ਡੋਸਾ ਸ਼ੋਸਾ ਇਹੋ ਜਿਹਾ ਕੰਮ ਆ ਇੱਥੇ ਹਾਂਜੀ ਡੋਸਾ ਕਾਫੀ ਤਕੜਾ ਹੀ ਆ ਸੁੱਖ ਨਾਲ ਅੱਜ ਕਿਤੇ ਹੋਰ ਲਾਉਣੀ ਪਾਰਕ ਭਾਜੀ ਆਹੋ ਉਹ ਤਾਂ ਬੜੀ ਦੂਰ ਪੈਣਾ ਫਿਰ ਨਹੀਂ ਲੱਭ ਲਈ ਥਾਂ ਕਾਈਂਡ ਆਫ ਦੇਖ ਲਿਆ ਪਰ ਉੱਥੇ ਜਾ ਕੇ ਪਤਾ ਲੱਗੂ ਹੁਣ ਅਸਲੀ ਪਾਰਕਿੰਗ ਬਹੁਤ ਵੱਡਾ ਇੱਥੇ ਮਸਲਾ ਸਾਹਮਣੇ ਲਿਫਟ ਸੋ ਇੱਥੇ ਗੱਡੀ ਛੱਡ ਦਿੰਦੇ ਇਹੋ ਹੀ ਲੈ ਕੇ ਜਾਂਦੇ ਆ ਲਿਫਟ ਜਵਾੜ ਕੇ ਤਾਂ ਲੈ ਜਾਂਦੇ ਆ ਅਤੇ ਭਾਵੇਂ ਕਹਿੰਦੇ ਘੰਟਾ ਲਾਓ ਅਤੇ ਭਾਵੇਂ ਲਾਓ ਦਸ ਘੰਟੇ $70 ਲੈਣੇ ਨਾ ਰਾਤ ਦੇ 12 ਵਜੇ ਤੱਕ 12 ਵਜੇ ਬੰਦ ਬੈਕ ਟੂ ਨੋਏਵਾ ਯੂਰਕ ਉੱਚੀਆਂ ਉੱਚੀਆਂ ਬਿਲਡਿੰਗਾਂ ਅਤੇ ਉਹ ਸਾਹਮਣੇ ਜਿਹੜੀ ਬਿਲਡਿੰਗ ਆ ਉਹੜੀ ਉਹ ਜਾਲ ਜੇ ਵਰਗੀ ਅਤੇ ਇਹ ਇਹਨਾਂ ਨੇ ਰੀਸੈਂਟਲੀ ਖੋਲ੍ਹੀ ਸੀ ਅਤੇ ਇਹ ਬੰਦ ਕਰ ਦਿੱਤੀ ਇਹਨਾਂ ਨੇ ਇੱਥੇ ਪਤੰਦਰ ਆ ਕੇ ਲੋਕ ਆਤਮ ਹੱਤਿਆ ਕਰੀ ਜਾਣ ਡਏ ਆ ਸੋ ਇਸ ਕਰਕੇ ਉਹਨਾਂ ਨੇ ਪਬਲਿਕਲੀ ਬੰਦ ਕੀਤੀ ਆ ਸੋ ਇੱਥੇ ਲੇਟਲੀ ਕਾਫੀ ਲੋਕਾਂ ਨੇ ਉੱਪਰ ਜਾ ਕੇ ਉੱਪਰੋਂ ਛਾਲ ਮਾਰ ਕੇ ਕੰਮ ਆਪਣਾ ਸਮਾਪਤ ਕਰ ਲਿਆ ਇਸ ਕਰਕੇ ਐਟ ਦੀ ਮੂਮੈਂਟ 'ਤੇ ਬੰਦ ਆ ਜੀ ਪਰ ਹੈ ਬਹੁਤ ਸੋਹਣਾ ਨਾ ਭਾਅ ਜੀ ਬੜਾ ਵਧੀਆ ਡਿਜ਼ਾਇਨ ਆ ਨਾ ਹਾਂ ਕਲਰ ਬਹੁਤ ਸੋਹਣਾ ਵਾਹ ਜੀ ਵਾਹ ਬਹੁਤ ਸੋਹਣਾ ਏਰੀਆ ਭਾਅ ਜੀ ਹੈ ਨਾ ਹਾਂ ਭਾਈ ਨੂੰ ਮੈਂ ਦੱਸਣ ਡਿਆ ਮੈਂ ਧੌਣ ਨੂੰ ਵਾਲ ਪੈਣ ਵਾਲਾ ਹਿਸਾਬ ਆ ਇੱਥੇ ਦੇ ਕਿਆ ਕਲਰ ਯੂਜ ਕੀਤਾ ਨਾ ਅੱਛਾ ਲੋਕੀ ਬੜੇ ਫਿਰਦੇ ਇਹਦੇ ਵਿੱਚ ਸ਼ਾਇਦ ਖੋਲ੍ਹੀ ਗਈ ਹੈ ਦੇਖਦੇ ਹਾਂ ਭਾਈ ਉਹ ਆਹੋ ਉਹਨੂੰ ਟਾਇਰ ਲਾਏ ਹੈ ਨਾ ਵਾਕਿਆ ਤੁਸੀਂ ਦੱਸ ਦੇਣਾ ਅੱਛਾ ਆਹ ਸਾਰਾ ਕਵਰ ਆ ਹੈ ਨਾ ਓਕੇ 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 ਆਹ ਸਾਰਾ ਬਿਲਡਿੰਗ ਦਾ ਉਹ ਵੇਖੋ ਟਾਇਰ ਲੱਗੇ ਸੋ ਇੱਥੇ ਕੀ ਆ ਖੁੱਲ੍ਹਾ ਬਸ ਆ ਸਕਦੇ ਹਾਂ ਉੱਪਰ ਸਾਰੇ ਬੰਨੇ ਉਹਨਾਂ ਨੇ ਬੰਦ ਹੀ ਕੀਤਾ ਉੱਪਰ ਨਹੀਂ ਜਾਣ ਦਿੰਦੇ ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ ਜਿਹੜੇ ਇੱਥੇ ਆ ਕੇ ਹੈ ਨਾ ਕਿੱਡੇ ਅੱਕੇ ਹੋਣਗੇ ਜਿਹੜੇ ਆ ਕੇ ਕਹਿੰਦੇ ਵੀ ਅਸੀਂ ਇੱਥੇ ਹੀ ਮਾਰ ਕੇ ਛਾਲ ਮਰਨਾ ਇੱਥੋਂ ਹੀ ਆਹੋ ਜਾਣਦਾ ਵਾ ਸਾਡੇ ਜਾਂ ਕ੍ਰਿਸ ਜੈਰਿਚੋ ਟ੍ਰਿਪਲ ਐਚ ਉਹਨਾਂ ਨੂੰ ਦੇਖਦੇ ਰਹੇ ਹਾਂ 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 ਰੇ ਮਿਸਟੀਰੀਓ ਟ੍ਰਿਪਲ ਐਚ ਬਾਕੀ ਸਾਰੇ ਉਹ ਹੀ ਹਨਾ ਉਹ ਕਾਲਾ ਆ ਹਨਾ ਆਹੋ ਆਹੋ ਵੀ ਪੁਰਾਣਾ ਇੱਕ ਉਹ ਪਤਾ ਨਹੀਂ ਆਇਰਿਸ਼ ਜਿਹਾ ਆਇਆ ਸੀ ਇੱਕ ਆਹ ਜਿਹੜਾ ਕੱਲਾ ਡੋਂਟ ਬੀ ਏ ਬੁਲੀ ਬੀ ਏ ਸਟਾਰ ਇਹ ਵੀ
ਪਰ ਪਹਿਲੀ ਜਦੋਂ ਰੌਕ ਰੂਕ ਹੋਣ ਦਾ ਟਾਈਮ ਸੀ ਨਾ ਉਹ ਵਾਟ ਦਾ ਰੌਕ ਇਜ਼ ਕੁਕਿੰਗ ਉਧਰ ਨੂੰ ਪਰਾਂ ਨੂੰ ਕਰ ਦਿੰਦੇ ਆ ਜਿਹੜਾ ਉਪਰੋਂ ਖੁੱਲਾ ਵਾ ਉਹ ਬੰਦ ਹੋ ਜਾਂਦਾ ਵਾ ਤੇ ਏਦਾਂ ਓਪਨ ਪਾਤੀ ਹੋਇਆ ਬਣਾਉਣਾ ਉਦੋਂ ਪਿੱਛੇ ਨੂੰ ਹਾਂ ਬਾਹਲਾ ਹਿਊਜ ਆ ਵੀ ਜਦੋਂ ਇਹੋ ਜਿਹੇ ਆਈਡੀਆ ਲੈ ਕੇ ਭਾਜੀ ਉਹ ਆਉਂਦੇ ਹੋਣਗੇ ਡਿਜ਼ਾਈਨ ਦੇ ਵਿੱਚ ਉਦੋਂ ਕਹਿੰਦੇ ਨੇ ਪਾਗਲ ਆ ਤੂੰ ਹੋਣਾ ਪਹਿਲਾਂ ਦੇ ਜਾਂ ਕਈ ਉਹੋ ਜਿਹੇ ਕਹਿੰਦੇ ਵੀ ਹੋਣਗੇ ਕਿਆ ਆਈਡੀਆ ਸੋਚਿਆ ਹਨਾ ਉਹ ਆ ਗਿਆ ਸਾਡਾ ਨਿੱਕਾ ਜਿਹਾ ਮਰਕਾਦੋ ਲਿਟਲ ਸਪੇਨ ਹੈ ਉਹ ਜਿਹੜੀ ਤਕੋਨੀ ਜਿਹੀ ਬਿਲਡਿੰਗ ਆ ਹੁਣ ਅਸੀਂ 6-5 ਜੇ ਹਾਂ ਇੱਕ ਤਾਂ ਉਹ ਸਾਈਡ 'ਤੇ ਡੈੱਕ ਜਿਹਦੀ ਐਡਮਿਸ਼ਨ ਆ ਇੱਕ ਆ ਬਾਹਰੋਂ ਬਾਹਰ ਉਹ ਜਿਹੜਾ ਇੱਦਾਂ ਬਣਿਆ ਨਾ ਐਂਗਲ ਜਿਹਾ ਉਹਦੇ ਉੱਤੇ ਤੁਰ ਕੇ ਜਾਈਦਾ ਬਾਹਰਲੀ ਸਾਈਡ ਸੋ ਭਾਜੀ ਤਾਂ ਹੱਥ ਖੜੇ ਕਰਦੇ ਵੀ ਨਹੀਂ ਵੀ ਆਪਾਂ ਤਾਂ ਨਹੀਂ ਇਹ ਕਰਨਾ ਮੇਰਾ ਮਨ ਜਿਹਾ ਵੱਜਦਾ ਵਾ ਵਿੱਚੋਂ ਵਿੱਚੋਂ ਅਤੇ ਇੱਧਰ ਭਾਜੀ ਤੁਸੀਂ ਕਿ ਤੁਸੀਂ ਨਹੀਂ ਕਹੀਦੇ ਲੋੜ ਕਿਆ ਮੇਰਾ ਕਨਫਰਮ ਸੋ ਲਾਗੇ ਜਾ ਕੇ ਤੱਕ ਦੇਖਦੇ ਹਾਂ ਕੀ ਇਰਾਦਾ ਬਣਦਾ ਵਾ ਜਿਹੜਾ ਵੀ ਆਪਾਂ ਸ਼ਹਿਰ ਖਾਈਦਾ ਨਾ ਕੋਈ ਵੀ ਪਤਾ ਨੀ ਕਿੰਨੀਆਂ ਮਧੂ ਮੱਖੀਆਂ ਦੀ ਜ਼ਿੰਦਗੀ ਭਰਦੀ ਹੁੰਦੀ ਹੈ ਉਹਦਾ ਹਾਰਡ ਵਰਕ ਉਹਦਾ ਦੁਨੀਆ ਦੇ ਉੱਤੇ ਬੰਦਿਆਂ ਦੀ ਪਾਪੂਲੇਸ਼ਨ ਜ਼ਿਆਦਾ ਹੋਗੀ ਮਧੂ ਮੱਖੀਆਂ ਦੀ ਇਹ ਵੀ ਜ਼ਿਆਦਾ ਹੁੰਦੀ ਆ ਮਧੂ ਮੱਖੀਆਂ ਦੀ ਹਾਂ ਸ਼ਾਇਦ ਪਰ ਉਦਾਂ ਆਉਂਦੇ ਆ ਨਾ ਵੀ ਇਹਨਾਂ ਨੂੰ ਜਿਵੇਂ ਤੁਹਾਡਾ ਇੱਕ ਹਾਲੀਵੁੱਡ ਦਾ ਫੇਮਸ ਹੈਗਾ ਉਹਨੇ ਫਾਰਮ ਕਿੱਡਾ ਤਕੜਾ ਲੈ ਕੇ ਉਹਨੇ ਇਕੱਲਾ ਇਹੀ ਕਰ ਰਿਹਾ ਕਿਉਂਕਿ ਇਹੋ ਹੀ ਹੈ ਨਾ ਜਿਹਨਾਂ ਨਾਲ ਸਰਕਲ ਚੱਲ ਰਿਹਾ ਰਾਈਫ ਦਾ ਸੋ ਇਹ ਕਹਿੰਦੇ ਜੇ ਐਕਸਟੈਂਟ ਹੋ ਗਈਆਂ ਤਾਂ ਸਮਝੋ ਇਹ ਸਪਰਮ ਵੀ ਟ੍ਰਾਂਸਫਰ ਕਰਦੀਆਂ ਹਾਂ ਲੱਗੀ ਬੜੀ ਹੈ ਜੌਬ 'ਤੇ ਇਹ ਸਹੀ ਆ ਇਹਨਾਂ 'ਚ ਵੀ ਲੇਜੀ ਹੋਣਗੀਆਂ ਨਾ ਕਈ ਕਹਿੰਦੀਆਂ ਹੋਣਗੀਆਂ ਮੈਂ ਨਹੀਂ ਜਾਣਾ ਗੁਫਾ ਛੱਡ ਕੇ ਹੈ ਮੈਂ ਨਹੀਂ ਨਿਕਲਣਾ ਜੇ ਤੁਸੀਂ ਜਾਓ ਆ ਮਰ ਤੋਂ ਨਾ ਆਓ ਕਹਿੰਦੇ ਹੋਣੇ ਸ਼ਾਇਦ ਮਿਹਨਤ ਤੁਸੀਂ ਕਹਿਣ ਕਰਨੀ ਉਹ ਬੰਦਿਆਂ ਦਾ ਕੋਈ ਨਾਂ ਰੱਖਿਆ ਹੋਣਾ ਇਹਨਾਂ ਨੇ ਡਾਇਨਾ ਡੂਡਾ ਤੋਂ ਉਹ ਦੂਸ਼ਾ ਉਹ ਕਹਿੰਦੇ ਨੇ ਦੂਸ਼ਾ ਇਹਨੇ ਦਿਖਾ ਜਾਣਾ ਤੁਹਾਡੇ ਸਿੱਕੇ ਉੜਾ ਕੋਈ ਸਮਝਾਉਂਦੀ ਹੋਣੀ ਨਾ ਲੋ ਜੀ ਆਪਾਂ ਬਣਾ ਲਿਆ ਮਨ ਵੀ ਆਪਾਂ ਤਾਂ ਕਰਾਂਗੇ ਸਾਈਡ ਤੇ ਤੁਰਨ ਵਾਲਾ ਕੰਮ ਸਾਈਡ ਤੇ ਤੁਰਨਾ ਨਹੀਂ ਔਖਾ ਜਿਹੜਾ ਸਾਲੇ ਲਮਕਾਉਂਦੇ ਆ ਨਾ ਬਾਅਦ ਸਾਈਡ ਤੇ ਉਹ ਦਿਲ ਜਾ ਕੱਢਦਾ ਮੇਰਾ ਵੀ ਉਹ ਹਿਸਾਬ ਨਾ ਹੋਵੇ ਮੇਰੇ ਕੋਲ ਬਾਅਦ ਮੈਨੂੰ ਕਹੇ ਮੇਰੇ ਕੋਲ $100 ਵੱਧ ਲੈਣਾ ਮੈਨੂੰ ਲਾ ਦੇ ਨਹੀਂ ਫੋਨ ਨਹੀਂ ਲਿਆਣ ਦਿੰਦੇ ਉਹੀ ਰਿਕਾਰਡ ਕਰਦੇ ਉਹੀ ਦਿੰਦੇ ਮੇਰੇ ਐਕਸਪ੍ਰੈਸ਼ਨ ਅੱਜ ਦੇਖੋ ਕਿੱਦਾਂ ਦੇ ਨਾ ਜਿਹਨਾਂ ਨਾਲ ਕਹਿਣਾ ਐ ਥੋੜ੍ਹਾ ਜਿਹਾ ਪੁੱਤਰ ਨਹੀਂ ਆਇਆ ਹੋ ਟੇਡੇ ਮਾੜੇ ਜਿਹੇ ਇਹ ਹਨਾ ਟਿਕਟਾਂ ਇੱਥੋਂ ਮਿਲਣੀਆਂ ਭਾਅ ਜੀ ਹਨਾ 3 PM ਦੀਆਂ ਮਿਲਣੀਆਂ ਟਿਕਟਾਂ ਨਾ ਹੁਣ ਜੋ ਮੈਂ ਕਰਨ ਦਾ ਸੋਚ ਰਿਹਾ ਉਹਦੀ ਪ੍ਰਾਈਸ ਇੱਥੇ ਲਿਖੀ ਆ 186 ਤਾਂ ਟੈਕਸ ਇੱਥੇ ਜਿੱਦਾਂ US ਕੈਨੇਡਾ ਦੇ ਵਿੱਚ ਬਾਅਦ 'ਚ ਐਡ ਆਨ ਕਰਦੇ ਆ ਅਤੇ ਨੋਰਮਲ ਦਾ 36 ਆ ਉਹ ਸ਼ਾਇਦ ਟੈਕਸ ਪਾ ਕੇ 43 ਦੀ ਹੋ ਜਾਂਦੀ ਆ 15 ਮਿੰਟਾਂ ਬਾਅਦ ਆਪਣੀ ਚੈੱਕ ਇਨ ਆ ਉਹਨਾਂ ਜਿਹੜੀ ਇੱਥੇ ਦੁਕਾਨ ਜੀ ਬਣੀ ਹੈ ਸਿਆਪਾ ਭਾਅ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਇਹ ਹੁੰਦਾ ਨਾ ਇਹਨਾਂ ਦੀ ਕੁਆਲਿਟੀ ਨਹੀਂ ਹੁੰਦੀ ਇਹ ਬਸ ਦੋ ਤਿੰਨਾਰੀ ਬਸ ਸ਼ੋ ਪੀਸ ਹੀ ਹੁੰਦਾ ਭਾਅ ਜੀ ਹੁਣੇ ਤਾਂ ਗਏ ਇਹਨਾਂ ਨੇ ਸੋ ਫਲੋਰ ਜਿਹਦੇ ਜਾਣਾ ਵਾ ਮੇਰੀ ਵਾਰੀ 3:30 ਜੀ ਇਹ ਕੱਪੜੇ ਕੁੱਪੜੇ ਪਵਾ ਕੇ ਲਿਜਾਂਦੇ ਆ ਅਤੇ ਘੰਟੇ ਕੁ ਦਾ ਕਹਿੰਦੇ ਵੀ ਬਹੁਤਾ ਰਸ਼ ਹੋਵੇ 70 ਤੋਂ 90 ਮਿੰਟ ਲੱਗਦੇ ਉਹ ਸਾਰੇ ਐਕਸਪੀਰੀਅੰਸ ਨੂੰ ਵੀ ਪ੍ਰਿਪੇਅਰ ਕਰਦੇ ਹਾਂ ਸਾਰਾ ਕੁਛ ਕਰਦੇ ਹਾਂ ਕਰਾਉਂਦੇ ਹਾਂ ਅਤੇ ਨਾ ਬਹੁਤੇ ਬਿਜ਼ੀ ਹੋਈਏ ਅਤੇ ਘੰਟੇ ਕੁ ਦੇ ਅੰਡਰ ਅੰਡਰ ਕੰਮ ਨਿਬੜ ਜਾਂਦਾ ਬੈਠੇ ਸੇਬ ਖਾਣ ਡੇ ਕੰਫਰਟੇਬਲੀ ਭਾਰੀ ਆ ਅਸਲੀ ਡੇਟ ਹੈ ਭਾਜੀ ਕਿੱਦਾਂ ਐਕਸਪੀਰੀਅੰਸ ਜਾਨੀ ਕਿ
ਬਹੁਤ ਉੱਚੀ ਹੈ ਭਾਜੀ ਉੱਪਰੋਂ ਆ ਜਿਹੜੀਆਂ ਤਕੜੀਆਂ ਤਕੜੀਆਂ ਬਿਲਡਿੰਗਾਂ ਦੀਆਂ ਜੋ ਜਦੋਂ ਕਹਿੰਦੇ ਆ ਵੀ ਤੁਸੀਂ ਈਵਨ ਤੁਸੀਂ ਐਜ ਤੇ ਜਾ ਕੇ ਥੱਲੇ ਵੇਖੋਗੇ ਨਾ ਤੇ ਲੱਤਾਂ ਕੰਬਦੀਆਂ ਵਾ ਉਹ ਪਰ ਜਦੋਂ ਕਹਿੰਦੇ ਵੀ ਹੁਣ ਲੀਨ ਝੁਕ ਜਾਓ ਹਨਾ ਉਦੋਂ ਤਾਂ ਬੰਦਾ ਕਹਿੰਦਾ ਰੱਸੀ ਨੂੰ ਦਵਾਵਾਂ ਦਿੰਦਾ ਵੀ ਰੱਸੀ ਕੇ ਨਹੀਂ ਤੇ ਪੈਰ ਪੂਰ ਸਿਕਿਓਰ ਹੁੰਦੇ ਕਿ ਪੈਰ ਇਦਾਂ ਹੀ ਪੈਰ ਉਦਾਂ ਹੀ ਫਿਰ ਅੱਗੇ ਪਿੱਛੇ ਜਾਣਾ ਵੀ ਉਹ ਟੈਕਨੀਕ ਦੱਸਦੇ ਆ ਵੀ ਕਿੱਦਾਂ ਤੁਸੀਂ ਇਹ ਵੀ ਨਹੀਂ ਨਾ ਵੀ ਲੀਨ ਹੋ ਗਏ ਤੇ ਬਾਅਦ ਚ ਗਾਂ ਆਉਂਦੇ ਆਉਂਦੇ ਝੂੜੀ ਜਾਓ ਆਵਾਜ਼ ਅੱਛਾ ਅੱਛਾ ਉਹ ਇਹਨਾਂ ਜੇ ਪੈਰ ਫਸਲ ਗਿਆ ਫਿਰ ਤੇ ਬੰਦਾ ਲਟਕ ਜੂਗਾ ਥੱਲੇ ਦੋ ਸੀ ਉਹ ਬਹੁਤ ਪ੍ਰੋਫੈਸ਼ਨਲ ਸੀ ਦੋਵੇਂ ਹੀ ਹਨਾ ਉਹ ਜਿਹੜਾ ਸਾਡੇ ਨਾਲ ਇੱਕ ਸੀ ਉਹ ਬੜਾ ਡਰੀ ਜਾਂਦਾ ਸੀ ਉਹਨੂੰ ਉਹਨੂੰ ਕੰਫਰਟੇਬਲ ਕਰਾਉਣ ਵਾਸਤੇ ਉਹ ਆਪਸ ਦੇ ਵਿੱਚ ਇਹਨੇ ਜੋ ਕਰ ਰਹੇ ਸੀ ਕਿ ਉਹ ਭੁੱਲ ਜੇ ਡਰ ਨੂੰ ਵੀ ਉਹ ਚਾਹੁੰਦੇ ਸੀ ਕਿ ਹਰ ਕੋਈ ਕਰੇ ਉਹਨੇ ਉਹਨਾਂ ਨੂੰ ਚੌਥੀ ਪੰਜਵੀਂ ਵਾਰੀ ਕਹਿ ਕਵਾ ਕੇ ਉਹਨੂੰ ਕਰਵਾਇਆ ਉਹਨੂੰ ਹਨਾ ਕੁਛ ਨਹੀਂ ਹੁੰਦਾ ਵੀ ਜਿਹੋ ਜਿਹੀ ਤੇਰੀ ਸਿਕਿਉਰਿਟੀ ਉਹੋ ਜਿਹੀ ਸਾਡੀ ਆ ਤੇ ਬਾਕੀ ਤੁਹਾਨੂੰ ਆਹ ਵੇਖ ਕੇ ਕੀ ਮਹਿਸੂਸ ਹੁੰਦਾ ਵੀ ਮੈਨੂੰ ਤੇ ਇਹ ਮਹਿਸੂਸ ਹੁੰਦਾ ਭਾਜੀ ਜਿਹਨੇ ਕਿ ਕਿਆ ਹਨਾ ਮੈਡਲ ਵੀ ਦਿੱਤਾ ਭਾਜੀ ਮੈਂ ਤੇ ਇਹ ਮਹਿਸੂਸ ਹੁੰਦਾ ਭਾਜੀ ਆ ਮੈਡਲ ਵੀ ਦਿੱਤਾ ਪਹਿਲਾ ਮੈਡਲ ਹੈ ਜ਼ਿੰਦਗੀ ਦੇ ਵਿੱਚ ਕੋਈ ਗਾਂ ਜਿੱਤਿਆ ਜਾ ਆਪਾਂ ਹੈ ਅੱਛਾ ਸਿਟੀ ਕਲਾਈਮਰ ਮਾਊਂਟਨ ਕਲਾਈਮ ਐ ਭਾਜੀ ਮਾਊਂਟਨ ਕਲਾਈਮਰ ਹੁੰਦੇ ਤੁਸੀਂ ਪਹਿਲੇ ਆ ਸਿਟੀ ਕਲਾਈਮਰ ਸਿਟੀ ਮੇਰੇ ਤੇ ਦਿਮਾਗ 'ਚ ਭਾਜੀ ਇਹ ਆਉਂਦਾ ਵੀ ਹਿਊਮਨ ਇਜ਼ ਕੈਪੇਬਲ ਆਫ ਐਨੀਥਿੰਗ ਬੰਦੇ ਆਹ ਵੇਖੋ ਜੀ ਇੱਕ ਤੁਹਾਨੂੰ ਗੱਲ ਜਿਹੜੀ ਆਪਾਂ ਨੂੰ ਪਤਾ ਲੱਗੀ ਕਿ ਆਹ ਤੁਸੀਂ ਬਿਲਡਿੰਗਾਂ ਦੇਖਣ ਡੇ ਇੱਕ ਉਹ ਜਿਹੜੀ ਆ ਉਹ ਦੁਨੀਆ ਦੀ ਸਭ ਤੋਂ ਪਤਲੀ ਉੱਚੀ ਬਿਲਡਿੰਗ ਆ ਉਹ ਅਤੇ ਇੱਥੇ ਨਾ ਅਫਕੋਰਸ ਵੀ ਇੱਦਾਂ ਕੋਈ ਕਿੰਨੀ ਕੁ ਉੱਚੀ ਚੱਕ ਲੂ ਡਿੱਗ ਸਕਦੀ ਹੈ ਬਿਲਡਿੰਗ ਪਰ ਇੱਥੇ ਕੀ ਕੀਤਾ ਜਾਂਦਾ ਵਾ ਕਿ ਇੱਥੇ ਇੱਕ ਰੇਸ਼ੋ ਆ ਜੇ ਅਸੀਂ ਕਿਸੇ ਕੋਲ ਥੱਲੇ ਇੱਕ ਫੁੱਟ ਜਗ੍ਹਾ ਵਾ ਤਾਂ ਉਹ 7 ਫੁੱਟ ਉੱਚੀ ਬਿਲਡਿੰਗ ਬਣਾ ਸਕਦਾ ਸੋ ਜੇ ਕਿਸੇ ਕੋਲੋਂ 10 ਫੁੱਟ ਜਗ੍ਹਾ ਇੱਟ ਮੀਨਸ 70 ਫੁੱਟ ਉੱਚੀ ਉਹ ਚੱਕ ਸਕਦਾ ਅਤੇ ਇਹ ਰੇਸ਼ੋ ਆ ਪਰ ਇੱਥੇ ਬਿਲਡਿੰਗਾਂ ਦੇ ਉੱਪਰਲੇ ਰਾਈਟ ਵੀ ਵਿਕ ਜਾਂਦੇ ਆ ਫੋਰ ਐਗਜ਼ਾਮਪਲ ਜਿੱਦਾਂ ਆਹ ਨੀਵੀਆਂ ਬਿਲਡਿੰਗਾਂ ਵਾ ਆਲੀਆਂ ਇਹਨਾਂ ਕੋਲ ਜਗ੍ਹਾ ਜ਼ਿਆਦਾ ਇਹਨਾਂ ਨੂੰ ਉੱਚੀ ਨਹੀਂ ਬਣਾਉਣੀ ਅਤੇ ਨਾ ਲਾਗਲੀ ਬਿਲਡਿੰਗ ਉਹਦਾ ਖਰੀਦ ਲੈਂਦੀ ਜਿਵੇਂ ਆਹ ਉੱਚੀ ਬਣੀ ਪਈ ਹੈ ਨਾ ਇਹਨੇ ਲਾਗਲੀਆਂ ਬਿਲਡਿੰਗਾਂ ਦੇ ਰਾਈਟ ਖਰੀਦੇ ਆ ਸੋ ਹਵਾ ਹੀ ਵਿਕਦੀ ਹੈ ਜਨਾਬ ਉਹਨਾਂ ਦੀ ਉਹਨਾਂ ਕੋਲ ਮੰਨ ਲਓ ਹੈਗੀ ਆ ਥੱਲੇ 100 ਫੁੱਟ ਜਗ੍ਹਾ ਉਹਨਾਂ ਕੋਲ ਸਾਈਡ 'ਤੇ ਅਤੇ ਉਹ 700 ਫੁੱਟ ਉੱਚੇ ਜਾ ਸਕਦੇ ਉਹਨਾਂ ਨੇ 400 ਫੁੱਟ ਹੀ ਬਣਾਈ ਇਹਨਾਂ ਨੇ 300 ਇਹਨਾਂ ਨੇ ਉਹਨਾਂ ਕੋਲ 300 ਫੁੱਟ ਖਰੀਦ ਲਿਆ 100 ਫੁੱਟ ਉਸ ਤੋਂ ਪਰਲੀ ਬਿਲਡਿੰਗ ਉਹ ਖਰੀਦ ਲਿਆ ਐਕਸਟਰਾ ਹੀ 200 ਫੁੱਟ ਉਹ ਕੋਲ ਖਰੀਦ ਲਿਆ ਅਤੇ ਇਹ ਤਾਂ ਦੀ ਤਾਂ ਲਈ ਗਏ ਸੋ ਇੱਥੇ ਇਹ ਕੰਮ ਆ ਅਤੇ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਉਹ ਸੈਂਟਰਲ ਪਾਰਕ ਵੀ ਹੈ ਜਿਹੜੀਆਂ ਉਹ ਬਿਲਡਿੰਗਾਂ ਨਾ ਸਾਰੀਆਂ ਉਹ ਹੈਗੀਆਂ ਵਾ ਬਿਲੀਅਨੇਅਰਜ਼ ਰੋ ਦੇ ਉੱਤੇ ਵੀ ਜਿੱਥੇ ਅਰਬਪਤੀ ਲੋਕ ਰਹਿੰਦੇ ਆ ਉਹ ਚਾਹੁੰਦੇ ਕਿ ਸਾਡਾ ਜਿਹੜਾ ਪੈਂਟ ਹਾਊਸ ਆ ਜਾਂ ਅਪਾਰਟਮੈਂਟ ਆ ਉਹਦਾ ਮੂੰਹ ਉੱਧਰ ਨੂੰ ਹੋਵੇ ਵੀ ਸਵੇਰੇ ਉੱਠ ਕੇ ਸੈਂਟਰਲ ਪਾਰਕ ਵੇਖੀਏ ਅਤੇ ਉਹ ਜਿਨ੍ਹਾਂ ਨੇ ਇੰਨੇ ਪੈਸੇ ਬਿਲਡਿੰਗਾਂ ਵਾਲੇ ਲਾਏ ਆ ਉਹ ਨਹੀਂ ਚਾਹੁੰਦੇ ਵੀ ਕੱਲ੍ਹ ਨੂੰ ਕੋਈ ਲਾਗਲਾ ਸ਼ਾਗਲਾ ਸਾਡੇ ਵਿਊ ਨੂੰ ਖਰਾਬ ਕਰਦੇ ਇਸ ਕਰਕੇ ਉਹ ਲਾਗਲੀਆਂ ਬਿਲਡਿੰਗਾਂ ਦੇ ਰਾਈਟ ਸਾਰੇ ਖਰੀਦ ਲੈਂਦੇ ਆ ਘੁੰਮਣ ਦਾ ਇੱਕ ਫਾਇਦਾ ਇਹ ਹੁੰਦਾ ਕਿ ਬਹੁਤ ਕੁਛ ਸਿੱਖਦਾ ਵਾ ਤਾਂ ਹਉਮੇ ਵੀ ਟੁੱਟਦੀ ਆ ਮਹਾਰਾਜ ਬੰਦਾ ਮੇਰੇ ਵਰਗਾ ਪਿੰਡ 'ਚ ਲਿਆ ਪਿੰਡ 'ਚ ਰਹਿੰਦਾ ਹੈ ਨਾ ਐਵੇਂ ਹੀ ਅੱਡੀਆਂ ਚੱਕ ਚੱਕ ਕੇ ਤੁਰਦਾ ਵਾ ਕਿ ਦੁਨੀਆ ਦਾ ਰਾਜਾ ਮੈਂ ਹੀ ਹਾਂ ਜਦੋਂ ਇੱਥੇ ਆਉਂਦਾ ਵਾ ਅਤੇ ਆਪਾਂ ਚਿੰਦੀ ਚੋਰ ਜੇ ਲੱਗਦੇ ਹਾਂ ਹੁਣ ਉਹ ਬਿਲਡਿੰਗਾਂ ਦੇ ਵਿੱਚ ਉਹਨਾਂ ਦੇ ਵਿੱਚ ਐਵਰੇਜ ਜਿਹੜੀ ਵੈਲਿਊ ਆ 200-200 ਮਿਲੀਅਨ ਆ ਇੱਕ ਪੈਂਟ ਹਾਊਸ ਦੀ ਅਤੇ ਕਈ ਉਹਦੇ ਵਿੱਚ ਇੱਦਾਂ ਦੇ ਆ ਜਿਨ੍ਹਾਂ ਨੇ ਲੈ ਕੇ ਰੱਖੇ ਆ ਜਿਨ੍ਹਾਂ ਨੇ ਲੈ ਕੇ ਰੱਖੇ ਆ ਬਟ ਉਹ ਆਏ ਵੀ ਨਹੀਂ ਕਦੀ ਕਹਿੰਦੇ ਇੱਦਾਂ ਦੇ ਵੀ ਬਹੁਤ ਲੋਕਾਂ ਨੇ ਲੈ ਲੈ ਰੱਖੇ ਅਤੇ ਬਾਕੀ ਜਿਹੜੀਆਂ ਬਿਲਡਿੰਗਾਂ ਜ਼ਿਆਦੀਆਂ ਉੱਚੀਆਂ ਚੱਕਦੀਆਂ ਨਾ ਉਹਨਾਂ ਵਿੱਚ ਇਹਨਾਂ ਨੇ ਕੀ ਕੀਤਾ ਵਾ ਖਾਨੇ ਖਾਲੀ ਰੱਖੇ ਆ ਵੀ 2-3 ਫਲੋਰ ਆ ਉਹ 'ਚ ਨਾ ਖਿੜਕੀਆਂ ਲਾਈਆਂ ਵਾ ਪਰ ਉਹ ਇਹ ਹੀ ਆ ਕਿ ਉਹਨਾਂ ਦੇ ਵਿੱਚੋਂ ਹਵਾ ਪਾਸ ਹੋ ਜਾਵੇ ਜਿਹੜੀਆਂ ਚੌੜੀਆਂ ਹਵਾ ਨੂੰ ਰੋਕਦੀਆਂ ਅਤੇ ਉਹ ਵੇਖ ਉੱਧਰ ਉਹ ਆਪਾਂ ਜਿਹੜਾ ਯੰਗ ਪਲੰਘਾ ਕਰਕੇ ਆਏ ਹਾਂ ਪਿੱਛੇ ਹਾਂ ਸੋ ਅਨਬਿਲੀਵੇਬਲ ਇੱਥੋਂ ਤਾਂ ਲੱਗਦਾ ਕੁਛ ਵੀ ਨਹੀਂ ਪਰ ਜਦੋਂ ਉਹ ਲਮਕੀ ਦਾ ਨਾ ਉਦੋਂ ਉਹ ਸਿੱਧੀਆਂ ਸੜਕਾਂ ਹੀ ਦੀਦੀਆਂ ਉੱਪਰੋਂ ਥੱਲੇ ਨੂੰ ਸਿੱਧੀਆਂ ਹਾਂ ਭਾਅ ਜੀ ਉਹ ਦੀਦਾ ਸਿੱਧਾ ਹੀ ਉਹ ਉੱਥੋਂ ਹੁਣ ਵੀ ਐਂ ਲੱਗਦਾ ਉੱਧਰ ਨੂੰ ਹੀ ਜਾਣਾ ਹੈ ਨਾ ਕਹਿੰਦੇ ਹੈਲਮਟ ਪਾ ਲਓ ਮੈਂ ਕਿਹਾ ਸਾਲਿਓ ਹੈਲਮਟ ਪਾਇਆ ਵੱਜ ਜਾਣਾ ਵਾ ਆਹੋ ਆਪਾਂ ਸੇਮ ਗੱਲ ਕਰਦੇ ਕੀ ਹੈਲਮਟ ਦਾ ਕੀ ਰੋਲ ਆ ਆਹੋ ਜਦੋਂ ਰੱਸੀ ਟੁੱਟੀ ਬਸ ਸਵੇਰ ਤੇ ਫਿਰ ਤੇ ਕੂਲ ਪੋਜ ਦੇ ਵਿੱਚ ਹੀ ਆ ਜੇ ਬਾਹਾਂ ਦੋਵੇਂ ਸਿਰ ਥੱਲੇ ਸਹਾਰਨੇ ਟਾਈਪ ਜੇ ਲੱਤ ਦੇ ਲੱਤ ਰੱਖ ਲਏ ਐ ਕਿ ਵੀ ਮਰਨਾ ਸਟਾਈਲ ਕੇ ਸਾਥ ਐ ਲੋਕਾਂ ਨੇ ਸੱਚੀ ਛਾਲ ਮਾਰੀ ਭਾਜੀ ਹਾਂ ਹਾਂ ਭਾਜੀ ਉਹ ਵੇਖ ਲਓ ਹਾਂ ਲੋਕਾਂ ਮਾਰ ਗਿਆ ਨਾ ਭਾਜੀ ਉਦੋਂ ਨਹੀਂ ਉਹ ਟਵਿਨ ਟਾਵਰ ਸੀ ਜਿਹੜੇ ਉਹ ਤੋਂ ਨਹੀਂ ਮਾਰੀਆਂ ਬਹੁਤ ਕੁਛ ਹਨਾ ਹਾਂ
ਇਹ ਤਾਂ ਗੱਲ ਸਹੀ ਹੈ ਭਾਜੀ, ਵਾਕਿਆ ਕੁਛ ਨਹੀਂ ਹੋਣਾ, ਥੱਲੇ ਡਿੱਗਿਆ ਤਾਂ ਕਚੂੰਬਰ ਹੀ ਹੋ ਗਿਆ ਹੋਣਾ। ਚਲੋ ਦਿਸ ਇਜ਼ ਗੈਟਿੰਗ ਟੂ ਡਾਰਕ ਅਤੇ ਭਾਅ ਜੀ ਹੁਣਾਂ ਨੇ ਮੇਰੇ ਪਿੱਛੋਂ ਪੂਰੇ ਮਿਆ ਕੀਤੇ ਆ ਮੁਆਇਨੇ। ਅੱਛਾ ਚਾਰ ਆ ਲੇਰਾਂ ਹੈ ਨਾ ਜੀ ਇਹਦੀਆਂ, ਵਾਕਈ ਹੈ ਇੰਨਾ ਕੁ ਜਾਣੀ ਕਿ ਚੱਪਾ ਕਾ ਰੂਫ ਟੋਪ ਹੈ ਕਿੰਨੇ ਵਧੀਆ ਬਣਾਏ। ਆਹੋ ਵੇਖੋ ਨਾ ਕੀ ਰੁੱਖ ਰੱਖ ਜੇ ਸਾਰਾ ਕੁਛ। ਉਹ ਦੱਸ ਦਿਓ ਉਹ ਬਿਲਡਿੰਗਾਂ ਜਰਸੀ 'ਚ ਹੌਲੀਆਂ ਹੈ ਨਾ। ਪਰ ਭਾਅ ਜੀ ਆਹ ਮੈਂ ਵਾਕਈ ਉੱਪਰੋਂ ਹੀ ਉਹ ਉੱਥੇ ਜਦੋਂ ਐਜ ਜਦੋਂ ਵਹਿੰਦਾ ਨਾ ਆਹ ਤੇ ਬੰਦਾ ਸਲ ਇੱਕ ਸਾਲੇ ਉਹ ਪਰਲੀ ਸਾਈਡ ਵੀ ਕਹਿੰਦੇ ਅੱਜ ਜੇ ਤੇ ਆਉਣ ਉਹ ਵਾਲਾ ਅੱਜ ਨਹੀਂ ਗਾ ਉਹ ਸਟਾਰਟਿੰਗ ਵਾਲਾ। ਆਹੋ ਉੱਥੇ ਵੀ ਜਦੋਂ ਬੰਦਾ ਪਰਾਂ ਨੂੰ ਵੇਖਦਾ ਹੁਣ ਉਹ ਵੇਖੋ ਨਾ ਹੈਲੀਕਾਪਟਰ ਉਹ ਵੇਖੋ ਜਾਣ ਡੇ ਹਾਈਟ ਜਿਹੜੇ ਜੇ ਆਪਾਂ ਉਹ ਨੀਵੇਂ ਆਪਣਾ। ਹਾਂ ਬੰਦੇ ਨੇ ਹੀ ਬਣਾਇਆ ਭਾਈ। ਸਹੀ ਗੱਲ ਆ ਤੁਹਾਡੀ ਭਾਅ ਜੀ, ਇੱਕ ਗੱਲ ਤੋਂ ਗੱਲ ਚੇਤੇ ਆਈ ਵੀ ਜਦੋਂ ਇਨਸਾਨ ਅਜੇ ਸਿਰਫ ਬੈਕਟੀਰੀਆ ਹੀ ਸੀ ਸਾਰਾ ਹੈ ਨਾ, ਉੱਥੋਂ ਲੈ ਕੇ ਆਹ ਸਫ਼ਰ ਹੈ ਜਦੋਂ ਜੇ ਪਾਣੀ 'ਚ ਨਿਕਲੇ ਜਾਂ ਪਾਣੀ 'ਚ ਬੈਕਟੀਰੀਆ ਜੇ ਬਣਿਆ ਸੀ ਫਿਰ ਜਾਂ ਜਦੋਂ ਬਾਹਰ ਨਿਕਲਿਆ ਰੱਬ ਵੀ ਉੱਦਾਂ ਕਹੂਗਾ ਤੁਸੀਂ, ਕਹਿੰਦਾ ਉੱਪਰ ਜਾ ਕੇ ਨਰਕ 'ਚ ਭੇਜਣਾ। ਮੈਂ ਉਹਨੂੰ ਬੰਦਿਆਂ ਨੂੰ ਕਹਿਣਾ ਚਾਹੀਦਾ ਤੁਸੀਂ ਛਡਾਈਓ, ਮੈਂ ਤੁਹਾਨੂੰ ਵੀ ਸਿਰਫ ਇੱਕ ਛੋਟਾ ਜੀਅ ਬਣਾ ਕੇ ਕੀ ਕੁਛ ਦੁਨੀਆਂ 'ਤੇ ਬਣਾ ਤਾ ਹੈ। ਨਰਕ ਸਵਰਗ ਤੁਹਾਡੇ ਮਨ ਦੀ ਹਾਂ ਜੀ ਉੱਦਾਂ ਭਾਅ ਜੀ ਹਾਂ ਨਹੀਂ ਉਹ ਤਾਂ ਚਲੋ ਜੇ ਮੰਨ ਲਓ ਹੋਵੇ ਆਈਨਸਟਾਈਨ ਵਰਗੇ ਨੂੰ ਤਾਂ ਰੱਖਿਆ ਹੋਣਾ ਪੂਰੇ ਸ਼ਾਨੋ ਸ਼ੌਕ ਦੇ ਨਾਲ ਹੈ ਨਾ, ਉਹ ਕਹਿੰਦੇ ਨੇ ਪਤੰਦਰਾ ਬੜੇ ਰਾਜ ਲੱਭੇ ਤੂੰ ਹੈ ਅਸੀਂ ਦੱਸੋ। ਹਾਂ ਨਹੀਂ ਜਿੱਦਾਂ ਉਹਨੇ ਉਹ ਵੇਖਿਆ ਹੈ ਨਾ ਉਹਨੇ ਉਹ ਵਾਰਮ ਹੋਲਸ ਵਾਲੀ ਥੀਰੀ ਹੈ ਨਾ ਵੀ ਜਿਹੜਾ ਸਪੇਸ ਕਿੱਦਾਂ ਬੈਂਡ ਹੁੰਦਾ ਮਾਸ ਦੇ ਨਾਲ ਹੈ ਨਾ, ਉਹ ਸਾਰੀਆਂ ਉਹਦੀਆਂ ਚੀਜ਼ਾਂ ਕਿਆ ਬਾਤ ਹੈ। ਹਾਂ ਗ੍ਰੈਵਿਟੀ ਦੇ ਨਾਲ ਬੈਂਡ ਹੁੰਦਾ ਉਹ ਗਲਾਸ ਹੈ ਨਾ ਜਾਂ ਕੁਛ ਨਾ ਉਹ ਜਿਹੜਾ ਉਹ ਢੱਕਣ ਜਿਹਾ ਸਾਰਾ ਐਂ ਬੰਦ ਹੋ ਜਾਂਦਾ, ਉਹ ਥੱਲਿਓਂ ਕਿੱਡੀ ਉੱਚੀ ਲੱਗਦੀ ਸੀ ਵੇਖ ਲਓ ਹੈ। ਫਿਰ ਭਾਜੀ ਕਦੋਂ ਆ ਰਿਹਾ ਤੁਸੀਂ ਉੱਪਰ ਕਰਨ ਐਕਸਪੀਰੀਅੰਸ? ਉਹਨੇ ਦੱਸਿਆ ਵੀ ਮੇਰੇ ਕੋਲ ਮਾਈਕ ਚ ਆਵਾਜ਼ ਨੀ ਮੇਰੀ ਜਾਣੀ ਆਹ ਲਾ ਦਿੰਦੇ ਹਾਂ ਕੋਈ ਨਾ। ਹਾਂਜੀ ਹੁਣ ਦੱਸੋ ਉੱਥੇ ਕਈਆਂ ਦੇ ਵੀ ਹੁਣ ਇੱਥੇ ਪੈਸੇ ਕਿੰਨੇ ਲੱਗਦੇ ਐਕਸਪੀਰੀਅੰਸ ਕਰਨ ਦੇ, ਤੇ ਉਦਾਂ ਇਹ ਡਿਮਾਂਡ ਐਂਡ ਸਪਲਾਈ ਵਾਲਾ ਹੀ ਸਿਸਟਮ ਆ। ਬੇਸ ਪ੍ਰਾਈਜ਼ ਇਹਨਾਂ ਦਾ ਹੈਗਾ $36, ਬਟ ਤੁਸੀਂ ਬਹੁਤ ਲੱਕੀ ਹੋਵੋਗੇ ਤੁਹਾਨੂੰ $36 ਦੀ ਟਿਕਟ ਮਿਲ ਜੇ ਨਾ ਆਹ ਵਾਲਾ ਕੰਮ ਕਰਨ ਲਈ, ਉਹ ਵਾਲਾ ਨਹੀਂ ਉਹ ਵੱਖਰਾ ਵੱਖਰਾ। ਉਹਦੀ ਫਲੈਟ ਆ $203 ਜੋ ਕਰਨਾ ਤੇ ਨਾ, ਤੇ ਇਹ ਡਿਮਾਂਡ ਸਪਲਾਈ ਤੇ ਆ ਤੇ ਐਵਰੇਜ ਪ੍ਰਾਈਸ ਆਈ ਥਿੰਕ ਆਪਾਂ ਨੂੰ ਜਿੱਦਾਂ $50 ਮਿਲਿਆ ਇਹ ਐਵਰੇਜ ਪ੍ਰਾਈਸ ਆ। ਬਟ ਜੇ ਕੋਈ ਇੱਥੇ ਨੇੜੇ ਤੇੜੇ ਰਹਿੰਦਾ ਵਾ ਉਹਦੇ ਲਈ ਬਹੁਤ ਵਧੀਆ ਡੀਲ ਆ, ਪੂਰੇ ਸਾਲ ਦਾ ਪਾਸ $99 ਦਾ ਵਾ, ਜਿੰਨੀ ਵਾਰੀ ਮਰਜ਼ੀ ਆਓ ਫਲੈਕਸੀਬਲ ਜਦੋਂ ਮਰਜ਼ੀ, ਟਾਈਮ ਵੀ ਕੋਈ ਨਹੀਂ। ਤੁਹਾਡਾ ਐਡਰੈਸ ਇੱਥੋਂ ਦਾ ਹੋਣਾ ਚਾਹੀਦਾ? ਨਾ 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 ਨਾ, ਇੱਥੋਂ ਦਾ ਮਰਜ਼ੀ ਹੋਵੇ, ਮਤਲਬ ਲੋਕਲ ਆ ਸਕਦਾ ਲੋਕਲ ਪਾਸ ਬਣਾ ਲਓ। ਹੁਣ ਤੁਸੀਂ ਤੇ ਉੱਥੋਂ ਹੋਣਾ ਨਹੀਂ ਸਪੈਸ਼ਲ, ਜਿਹੜਾ ਲੋਕਲ ਆ ਜਿੱਦਾਂ ਤੁਸੀਂ ਆ ਗਏ। ਅੱਛਾ ਨੈਕਸਟ ਵੀਕ ਜਦੋਂ ਹੁਣ ਸਾਹਿਬ ਰਾਏ ਭਾਜੀ ਨੂੰ ਆਪਾਂ ਨੂੰ ਉੱਥੇ ਟੱਕਣਾ ਠੀਕ ਆ, ਉਹ ਹੁਣ ਹਾਂ ਤੇ ਮੇਰੇ ਕੋਲ ਆਲਰੇਡੀ ਹੋਏ ਤੇ ਉਹ ਦੋ ਵਿਜ਼ਿਟ ਜੀ ਨਾਲ ਦੱਸ ਦਿਓ ਕਿ ਤੇਰੀ ਰੱਸੀ ਢਿੱਲੀ ਆ, ਦੋ ਵਿਜ਼ਿਟ ਜੀ ਵੈਸੇ ਪੂਰੇ ਹੋ ਜਾਣੇ ਆ। ਤੇ ਦੂਜੀ ਗੱਲ ਇਹ ਆ ਜੇ ਤੁਹਾਡੇ ਕੋਲ ਐਨੂਅਲ ਪਾਸ ਹੈ ਨਾ, ਜਿਹੜੇ ਤੁਹਾਡੇ ਵਾਲੀ ਟਿਕਟ ਆ ਉਹ ਬਾਏ ਵਨ ਗੈਟ ਵਨ ਫ੍ਰੀ ਆ। ਓਕੇ ਹਾਂ, ਆਪਣਾ ਤੇ ਓਵਰਆਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਉਹ ਵੀ, ਤੇ ਮੇਰਾ ਆਸਾ ਨਿਕਲ ਗਿਆ ਮੈਨੂੰ ਕੋਈ ਗੰਦੀ ਕਹਾਵਤ ਚੇਤੇ ਇਹਦੇ ਨਾਲ ਪੈਸੇ ਵੀ ਦਿਓ ਤੇ ਪਰ ਵਧੀਆ ਜੀ। ਸੋ ਕਿਸੇ ਨੇ ਵੀ ਇੱਥੇ ਆਉਣਾ ਭਾਈ ਤੇ ਇਹ ਵਧੀਆ ਵਾ, ਕਿਉਂਕਿ ਅੱਗੇ ਭਾਈ ਨੇ ਉਹੀ ਗੱਲ ਕਰਦੇ ਪਏ ਸੀ ਵਿੱਚ ਉਹ ਡਿੱਗ ਪਿਆ ਵਾਲਾ ਕੰਮ ਆ ਕਿ ਉਹ ਜਿਹੜੀ ਆ ਬਿਲਡਿੰਗ ਵਨ ਵਰਲਡ ਟ੍ਰੇਡ ਸੈਂਟਰ ਉਹਦੀ $100 ਟਿਕਟ ਆ, ਤੇ ਪਰ ਉਹਦੇ ਪਰਲੀ ਸਾਈਡ ਜਾਂ ਸੱਜੇ ਖੱਬੇ ਕੁਛ ਖਾਸ ਨਹੀਂ ਹੈਗਾ, ਉਹ ਸ਼ਾਇਦ ਸਟੈਚੂ ਆਫ ਲਿਬਰਟੀ ਥੋੜ੍ਹਾ ਜਿਹਾ ਲਾਗੇ ਪੈਂਦਾ। ਆਹ ਬਹੁਤ ਸੈਂਟਰਕ ਜੀ ਆ ਇਹ ਬਿਲਡਿੰਗ, ਸੱਜੇ ਖੱਬੇ ਬਿਲਡਿੰਗਾਂ ਬਹੁਤ ਆ, ਉਹ ਵੀ ਤੁਹਾਨੂੰ ਦੇਖਦੀਆਂ ਵਾ, ਬਾਹਰ ਸਟੇਟ ਵੀ ਦੇਖਦੀ ਆ, ਪਰਲੀ ਸਾਈਡ ਵੀ ਸੈਂਟਰਲ ਪਾਰਕ ਵੀ ਦੀਦਾ ਸਾਰਾ ਕੁਛ।
ਸੋ ਬੜੀ ਆਈਡੀਅਲ ਲੋਕੇਸ਼ਨ ਆ ਅਤੇ ਪ੍ਰਾਈਜ਼ ਇਹਦਾ ਜਿੱਦਾਂ ਭਾਈ ਨੇ ਦੱਸ ਹੀ ਦਿੱਤਾ ਔਲਰੇਡੀ ਕਿ ਔਨ ਐਵਰੇਜ 40 ਕੁ ਪੈਂਦਾ ਵਾ ਜਾਂ ਤੁਸੀਂ ਐਨੂਅਲ ਪਾਸ ਲੈ ਲਓ 90 ਯੂਰੋ ਸੋਰੀ ਭਾਅ ਜੀ ਡਾਲਰਸ ਬੀਅਰ ਦਾ ਰੇਟ $15 ਔਰ ਇੱਥੇ ਬਹਿ ਕੇ ਪੀਣੀ ਜੇ ਸੋ ਉਹੀ ਗੱਲ ਹੋ ਗਈ ਨਾ ਉਹ ਕਹਿੰਦਾ ਵੀ ਇਹ ਪਾਣੀ ਦੀ ਬੋਟਲ ਕਿਤੇ ਰੁਪਈਏ ਦੀ ਹੈ ਕਿਤੇ ਦਹਾਂ ਦੀ ਹੈ ਕਿਤੇ 100 ਦੀ ਹੈ ਕਹਿੰਦੇ ਉਹੀ ਸੋਚਣੇ ਮੈਂ ਕਈ ਆਟੋ ਰਿਕਸ਼ੇ ਦੇ ਵਿਚਾਰੇ ਹਨ ਹਾਂ ਦਿੱਲੀ ਦੀਆਂ ਸੜਕਾਂ ਦੇ ਹੈ ਟ੍ਰੈਸ਼ ਜਾਂ ਢੋਂਗ ਦੇ ਹੈ ਹਾਂ ਇਸ ਤਰ੍ਹਾਂ ਦਾ ਬੀਅਰ ਦੌਰ ਕਿ ਨਹੀਂ ਉਹਦੀ ਸਹੀ ਗੱਲ ਆ ਕਿਸਮਤ ਆਪੋ ਆਪਣੀ ਫ੍ਰੀ ਦੇ ਵਿੱਚ ਪ੍ਰਮੋਸ਼ਨ ਕੱਲ ਅਸੀਂ ਇਹਨਾਂ ਦੀ ਕਾਫੀ ਪੀਤੀ ਸੀ ਤੇ ਬਹੁਤ ਹੀ ਬੰਬ ਸੀ ਯਾਨੀ ਕਿ ਪਰਫੈਕਟ ਪਰਫੈਕਟ ਕਾਫੀ ਸੀ ਸੋ ਅੱਜ ਅਸੀਂ ਫਿਰ ਸਾਨੂੰ ਦਿਖ ਗਈ ਆ ਉਦਾਂ ਹੀ ਕਾਫੀ ਪੀਣੀ ਸੀ ਬਾਹਰ ਜਾ ਕੇ ਪਰ ਆ ਲੋਗੋ ਜਿਹਾ ਵੇਖ ਕੇ ਇਹਨਾਂ ਦਾ ਰੁਕ ਗਏ ਹਾਂ ਬਹੁਤ ਬੰਬ ਸੀ ਸ਼ਾਮਾਂ ਪੈ ਗਈਆਂ ਤਕਰੀਬਨ ਹਨੇਰਾ ਹੀ ਹੋ ਗਿਆ ਮੈਂ ਕਾਲੀਆਂ ਅਣਕਾਂ ਪਤਾ ਕਿਉਂ ਲਾਈ ਫਿਰਦਾ ਫੀਲਿੰਗ ਛੱਕ ਲਈ ਆਪਾਂ ਸੈਲੀਬ੍ਰਿਟੀ ਵਾਲੀ ਉਹ ਆਪਾਂ ਤਾਂ ਛੱਕ ਲਈ ਆ ਵੀ ਆਪਣੀ ਵੀਡੀਓ ਹੁਣ ਉੱਥੇ ਚੱਲਣੀ ਆ ਟਾਈਮ ਸਕੁਏਅਰ ਦੇ ਉੱਤੇ ਜਿਹਦੇ ਬਾਰੇ ਯਾਨੀ ਕਿ ਹਨਾ ਕਾਫੀ ਆਪਣੇ ਬਿਲਬੋਰਡ ਤੇ ਵੀ ਮਾਰੀਆਂ ਜਾਂਦੀਆਂ ਵਾ ਡਿਸਕਲੋਜ਼ ਕਰ ਦਈਏ ਐਂਡ ਤੇ ਭਾਜੀ ਕਿਆ ਕਰਨੀ ਹੋਵੇ ਕਿਸੇ ਨੇ ਬਾਰਸਲੋਨਾ ਦੇ ਤੁਸੀਂ ਉਹ ਬੜੇ ਦਿਖਾਏ ਆ ਆਪਣੇ ਕੀ ਉਹਨੂੰ ਕਹਿੰਦੇ ਰਮਲੇ ਸਾਡੇ ਨਿਊਯਾਰਕ ਦੇ ਰਮਲੇ ਵਾਲੇ ਕਿਆ ਵਿਚਾਰ ਆ ਜਿਹੜਾ ਆਪਾਂ ਕੱਲ ਨਿਊਯਾਰਕ ਘੁੰਮੇ ਆ ਆਪਾਂ ਵਧੀਆ ਫੰਕਸ਼ਨ ਕੀਤਾ ਉਹ ਓਲਡ ਨਿਊਯਾਰਕ ਆ ਥੋੜਾ ਜਿਹਾ ਹਨਾ ਜਿਹੜਾ ਆਪਾਂ ਉਹੀ ਸਪਾਈਡਰਮੈਨ ਵਾਲੀਆਂ 2000 ਦੀ ਮੂਵੀ 2000 ਮੂਵੀ ਸੀ ਜਿਹੜਾ ਵੇਖ 90 ਜਾਂ 2000 ਮੂਵੀ ਵੇਖੀ ਦਾ ਸਾਰਾ ਨਵਾਂ ਬਣਿਆ ਵਾ ਤੇ ਇੱਥੇ ਇਹਨਾਂ ਨੇ ਐਕਟੀਵਿਟੀਜ਼ ਯਾਰ ਮੈਨੂੰ ਇਹ ਤਾਂ ਲੱਗਦਾ ਵਿੰਗ ਪਿਆ ਹੁੰਦਾ ਬਿਲਡਿੰਗ 'ਚ ਮੈਨੂੰ ਲੱਗਣ ਦਿੱਤਾ ਵਿੰਗ ਜਿਹਾ ਪਿਆ ਹਨਾ ਆਹ ਤੇ ਭਾਜੀ ਆਪਾਂ ਆਹ ਵੇਖ ਲਓ ਕਿੰਨੀ ਉੱਚੀ ਲੱਗਣ ਡਈ ਆ ਤੇ ਉੱਤੋਂ ਤੇ ਕੁਛ ਵੀ ਨਹੀਂ ਲੱਗਦੀ ਜਿੱਥੇ ਆਪਾਂ ਗਏ ਹਾਂ ਕਮਾਲ ਹੈ ਚਲੋ ਨਾਮ ਮਿਲਾਂਗੇ ਤੁਹਾਨੂੰ ਟਾਈਮ ਸਕੁਏਅਰ ਗੌਰ ਸੇ ਦੇਖੀ ਇਸ ਗਲੀ ਕੋ ਇਸ ਗਲੀ ਨੇ ਕਈਓ ਕੇ ਕੀਲੇ ਵੀ ਕਾਏ ਹੈ ਉਹ ਅੱਗੇ ਉਹੀ ਆ ਆਪਾਂ ਉੱਧਰ ਹੀ ਜਾਈ ਜਾਂਦੇ ਇਸੇ ਸਕਰੀਨਾਂ ਹੀ ਲੱਗਦੀਆਂ ਸੋ ਅਮਰੀਕਾ ਮੈਂ ਸੱਚੀ ਗੱਲ ਆ ਨਾ ਵੀ ਆਪਣੇ ਵਿੱਚੋਂ ਜਿੰਨੇ ਵੀ ਅਜੇ ਤੱਕ ਪੰਜਾਬੀ ਬਾਹਰ ਆਏ ਆ ਭਾਵੇਂ ਪੁਰਾਣੇ ਟਾਈਮਾਂ 'ਤੇ ਬਹੁਤਿਆਂ ਨੂੰ ਲੋੜ ਸੀ ਪਰ ਉਸਦੇ ਬਾਵਜੂਦ ਵੀ ਸਟਿਲ ਮੋਰ ਦੈਨ 50% ਚੱਕੇ ਚੁਕਾਈ ਆਏ ਆ ਲੋੜ ਨਹੀਂ ਆਉਣ ਦੇ ਬਾਵਜੂਦ ਹਨਾ ਤੇ ਜਾਂ ਇੱਕ ਈਜ਼ੀ ਐਸਕੇਪ ਉਦੋਂ ਇੰਡੀਆ ਦੇ ਵਿੱਚ ਵੀ ਇੰਡੀਆ ਦੇ ਵਿੱਚ ਉੱਪਰ ਜਾਣਾ ਹਨਾ ਫਾਈਟ ਹਾਰਡ ਆ ਨਾ ਪਾਪੂਲੇਸ਼ਨ ਬਹੁਤ ਵੱਡੀ ਆ ਲੋਕ ਬਹੁਤ ਸਕਿਲਡ ਨੇ ਅਤੇ ਲੇਬਰ ਰੇਟ ਬਹੁਤ ਲੋਅ ਨੇ ਸੋ ਇਹਨਾਂ ਕਈ ਵਜ੍ਹਾ ਕਰਕੇ ਅਤੇ ਉਹਨਾਂ ਦੇ ਵਿੱਚੋਂ ਕਾਫੀ ਜਾਣੇ ਸੀ ਜਿਹੜੇ ਸਕਰੀਨਾਂ ਮੇਰੇ ਅੱਗੇ ਸਕਰੀਨਾਂ ਵੇਖ ਕੇ ਹੈ ਮੇਰੇ ਵਰਗੇ ਯੂਟਿਊਬਰ ਟਿਕਟੋਕਰਾਂ ਲਈ ਖਾਸ ਸਹੂਲੀਅਤ ਵੀ ਹੈਗੀ ਹੈ ਫਰੀਜ ਨਹੀਂ ਹੈਗੀ ਵੀ ਬਹੁਤ ਦਮੜੇ ਲੱਗਦੇ ਆ ਯੇ ਰਹੇ ਜੀ ਜੇ ਪੀ ਮੋਰਗਨ ਭਾਅ ਜੀ ਅੱਧੀ ਕੁ ਦੁਨੀਆ 'ਤੇ ਇਹਨਾਂ ਦੀ ਇਹਨੇ ਅੱਧੀ ਕੁ ਦੁਨੀਆ 'ਤੇ ਇਹੀ ਕੰਟਰੋਲ ਕਰਦਾ ਹੋਣਾ ਨਾ ਸਭ ਤੋਂ ਵੱਡਾ ਬੈਂਕ ਭਾਅ ਜੀ ਹਾਂ ਪਨਾਮਾ ਬੜੇ ਬੜੇ ਵੱਡੇ ਪ੍ਰੋਜੈਕਟ ਇਹਨੇ ਫਾਈਨੈਂਸ ਕੀਤੇ ਆ ਜਿਹੜਾ ਪਨਾਮਾ ਕਨਾਲ ਪਹਿਲਾਂ ਫਰਾਂਸ ਨੇ ਬਣਾਉਣਾ ਚਾਹਿਆ ਸੀ ਉਹਨਾਂ ਕੋਲ ਪੈਸਾ ਮੁੱਕ ਗਿਆ ਸੀ ਹਾਂ ਅਮਰੀਕਾ ਨੇ ਬਣਾਉਣਾ ਚਾਹਿਆ ਅਮਰੀਕਾ ਦੀ ਸਰਕਾਰ ਕੋਲ ਪੈਸਾ ਮੁੱਕ ਗਿਆ ਅੱਛਾ ਫਿਰ ਜੇ ਪੀ ਮੋਰਗਨ ਨੇ ਫਾਈਨੈਂਸ ਕੀਤਾ ਇਹਨੇ ਜਿੱਥੋਂ ਹੁਣ ਮੇਰਾ ਇੱਕ ਰਿਸ਼ਤੇਦਾਰ ਆ ਉਹ ਮੇਰੀ ਸ਼ਿਪ ਤੇ ਕੰਮ ਕਰਦਾ ਉਹਨੇ ਦੱਸਿਆ ਵੀ ਇੱਕ ਵਾਰੀ ਪਨਾਮਾ ਕਨਾਲ ਕ੍ਰੋਸ ਕਰਨਾ ਸ਼ਿਪ ਦੇ ਉੱਤੇ $400,000 ਟੋਲ ਆ $400,000 ਟੋਲ ਇੱਕ ਵਾਰੀ ਕ੍ਰੋਸ ਫਰਾਂਸ ਵਾਲਿਆਂ ਕੋਲ ਬਣੀ ਨਹੀਂ ਸੀ ਅਮਰੀਕਾ ਵਾਲਿਆਂ ਨੇ ਫਿਰ ਸਟੈਪ ਬਾਏ ਸਟੈਪ ਬੜਾਇਆ ਉਹ ਗਿਵ ਅਪ ਕਰਤਾ ਸੀ ਉਹਨਾਂ ਨੇ ਵੀ ਇਹ ਪੋਸੀਬਲ ਹੀ ਨਹੀਂ ਹੈਗਾ ਦੋ ਵਾਰ ਗਿਵ ਅਪ ਕੀਤਾ ਉਹਨਾਂ ਨੇ ਉਹ ਚੱਲ ਰਹੀ ਫੌਜ ਦੀ ਭਰਤੀ ਭਾਈ ਨੇ ਦੱਸਿਆ ਕਿ ਇਦਾਂ ਇਹਨਾਂ ਨੇ ਆਮ ਥਾਵਾਂ ਤੇ ਬਣਾਈ ਪਈ ਹੈ ਉਹ ਥੈਂਕ ਯੂ ਮੈਂ ਇਦਾਂ ਵੀ ਜਿੱਥੇ ਲੋਕੀ ਲੰਘਦੇ ਲੰਘਦੇ ਆ ਸੋ ਈਵਨ ਰੂਰਲ ਏਰੀਆਜ਼ ਦੇ ਵਿੱਚ ਵੀ ਤੇ ਰਿਕਰੂਟਿੰਗ ਕਰਦੇ ਆਰਮਡ ਫੋਰਸਿਸ ਲਈ ਜਿਵੇਂ ਹੁਣ ਆਪਣਾ ਐਵੇਂ ਮਨ ਬਣ ਜੇ ਵੀ ਚੱਲ ਯਾਰ ਜਾਣਕਾਰੀ ਲਈਏ ਸੋ ਕਈ ਵਾਰੀ ਮਨ ਬਣਿਆ ਬੰਦੇ ਦਾ ਫੌਜੀ ਬਣ ਸਕਦਾ ਜੇ ਪਹੁੰਚ ਗਏ ਆਪਾਂ ਸਕਰੀਨਾਂ ਵਾਲੀ ਜਗ੍ਹਾ ਦੇ ਥਾਂ ਥਾਂ ਇੱਥੇ ਸਕਰੀਨ ਹੈ ਟਾਈਮ ਸਕੁਏਅਰ ਹੈ ਇਹੀ ਗੱਲ ਹੈ ਅਸੀਂ ਤੇ ਜਿਹੜਾ ਨਿਊਯਾਰਕ ਇਹਦੇ ਇਹਨੇ ਹੀ ਵਿਖਾਇਆ ਸਾਨੂੰ ਸਪਾਈਡਰਮੈਨ ਨੇ ਇਹ ਵਿਚਾਰਾ ਬੇਰੁਜ਼ਗਾਰ ਬੈਠਾ ਹਾਂ ਨਹੀਂ ਮੈਂ ਕੱਲ੍ਹ ਦਾ ਐਕਸਪੀਰੀਅੰਸ ਕਰਨ ਡਿਆ ਵਾ ਵੇਖ ਲਓ ਨਾ ਵੀ ਯਾਰ ਦੁਨੀਆ ਇੰਨੀ ਆ ਹਨਾ ਵੀ ਇੱਥੇ ਪਤਾ ਨਹੀਂ ਲੱਗਦਾ ਲਾਲ ਲੂਲ ਬੱਤੀ ਦਾ ਇੱਥੇ
ਕੋਈ ਐਡਾ ਮੀਨਿੰਗ ਨਹੀਂ ਗਾ ਆਲ ਲੈ ਵੀ ਆਲ ਲੈ ਵੀ ਆਲ ਲੈ ਜੀ ਹੋ ਗਈ ਹੈ ਲੜਾਈ ਉਹਨੇ ਬੰਗਾਲੀ ਗੱਡੀ ਡੱਕ ਕੇ ਚਲਾ ਗਿਆ ਲੜਨ ਹੈ ਆਲ ਲੈ ਉਹ ਪਿੱਛੇ ਹੀ ਚਲਾ ਗਿਆ ਉਹ ਭਰਾਵਾ ਖਤਰਨਾਕ ਹੀ ਉਹ ਗੱਲ ਪਤਾ ਕੀ ਚੱਕਰ ਹੁਣ ਅਸੀਂ ਵੀ ਆਵੇ ਲਾਲ ਤੇ ਲੰਘ ਚੱਲੇ ਇੱਥੇ ਨਾ ਵੀ ਸ਼ਹਿਰ 'ਚ ਬੱਤੀ ਬੁੱਤੀ ਦਾ ਕੋਈ ਬਹੁਤਾ ਮੀਨਿੰਗ ਹੈ ਨਹੀਂ ਗਾ ਲੋਕ ਵੀ ਲੰਘ ਜਾਂਦੇ ਇੱਦਾਂ ਹੀ ਕਿੱਦਾਂ ਹੋਇਆ ਪੇਚਾ ਪਿਆ ਕਿ ਨਹੀਂ ਸ਼ੋ ਆ ਗਿਆ ਜੀ ਹਾਂ ਸ਼ੇਰ ਸੋ ਉਹਦਾ ਕਾਫੀ ਅੰਡਰਸਟੈਂਡਿੰਗ ਆ ਵੀ ਲੋਕੀ ਗੁੱਸਾ ਨਹੀਂ ਕਰਦੇ ਇਹਦੇ ਚੱਲ ਸ਼ਾਇਦ ਉਹਨੇ ਉਹਨੇ ਗਾਲ ਗੂਲ ਕੱਢਦੀ ਹੋਵੇ ਕੋਈ ਪਰ ਉਹ ਨਹੀਂ ਉਹ ਭਰਾਵਾ ਇਹ ਨਹੀਂ ਵਿੱਚ ਲਿਆਉਣਾ ਬੋਲਾ ਗਵਾ ਆਪਾਂ ਆਹੋ ਸੋ ਮੈਂ ਕਹਿ ਰਿਹਾ ਸੀ ਕਿ ਲੋਕੀ ਗੁੱਸਾ ਨਹੀਂ ਕਰਦੇ ਵੀ ਇੱਦਾਂ ਹੀ ਆ ਗੱਡੀਆਂ ਵਾਲੇ ਨੂੰ ਵੀ ਪਤਾ ਵਾ ਬਿਜ਼ੀ ਇੰਨਾ ਵਾ ਲਾਲ ਲੂਲ ਤੇ ਕੱਢੀ ਜਾਂਦੇ ਰਹਿੰਦੇ ਆ ਸੋ ਕੈਮਰੇ ਮੇ ਬੀ ਲਾਈਟਾਂ ਦੇ ਉੱਤੇ ਇੰਨੇ ਨਹੀਂ ਹੈਗੇ ਇੱਥੇ ਆਉਣੀ ਆ ਆਪਣੀ ਵੀਡੀਓ ਜੀ ਇਹ ਸਾਰਾ ਟਾਈਮ ਸਕੁਏਅਰ ਆਏ ਹਾਏ 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 ਓਹੋ ਵਾਹ ਜੀ ਵਾਹ ਵਾਹ ਜੀ ਵਾਹ ਸੋ ਵੀਡੀਓ ਕੋਈ ਕੰਮ ਨਹੀਂ ਹੈਗਾ ਕੋਈ ਵੀ ਇੱਥੇ ਫੀਚਰ ਹੋ ਸਕਦਾ ਸਿਰਫ $40 ਲੱਗਦੇ ਆ ਟਾਈਮ ਸਕੇਅਰ ਨਿਊਯਾਰਕ ਦੇ ਵਿੱਚ ਤੁਸੀਂ ਇੱਕ ਐਪ ਆ TSX ਉਹਨੂੰ ਡਾਊਨਲੋਡ ਕਰੋ ਉਸ 'ਤੇ 15 ਸੈਕਿੰਡ ਦੀ ਵੀਡੀਓ ਅਪਲੋਡ ਕਰੋ ਜੇ ਤੁਸੀਂ ਇੱਥੇ ਆ ਫਿਜ਼ੀਕਲੀ ਤੁਸੀਂ ਰਿਕਾਰਡ ਕਰ ਸਕਦੇ ਆ ਪਰ ਜੇ ਤੁਸੀਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਆ ਤਾਂ ਇਹਦੀ ਲਾਈਵ ਸਟ੍ਰੀਮਿੰਗ 24 ਆਵਰ ਚੱਲਦੀ ਆ ਤੁਸੀਂ ਕਿਸੇ ਨੂੰ ਹੈਪੀ ਬਰਥਡੇ ਵਿਸ਼ ਕਰਕੇ ਉਹਦੀ ਵੀਡੀਓ ਅਪਲੋਡ ਕਰਕੇ ਉਹਨੂੰ ਲਿੰਕ ਵੀ ਭੇਜ ਸਕਦੇ ਆ ਵੀ ਇੰਨੇ ਵਜੇ ਤੇਰੀ ਵੀਡੀਓ ਟਾਈਮ ਸਕੇਅਰ ਦੇ ਵਿੱਚ ਚੱਲੂਗੀ ਸੋ ਸੈਲੀਬ੍ਰਿਟੀ ਵਾਲੀ ਕੋਈ ਗੱਲ ਨਹੀਂ ਹੈਗੀ $40 ਲੱਗਦੇ ਸਿਰਫ ਹੈ ਅਤੇ ਚਲੋ ਮੈਮਰੀ ਵੀ ਆ ਇਹੋ ਜਿਹੇ ਟੂਰਿਸਟ ਟਰੈਪ ਵੀ ਹੁੰਦੇ ਆ ਅਸੀਂ ਇਹਨੂੰ ਇੱਕ ਫੋਟੋ ਖਿਚਾਉਣ ਦਾ ਗਿਆ ਸੀ ਇੱਕ ਤੋਂ 4 ਹੋ ਗਈਆਂ ਕਿਉਂਕਿ ਉਹਨੇ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਖਿੱਚਣੀਆਂ ਐਡੀਆਂ ਬੰਬ ਆ ਉਹਨੇ ਸਾਡੀਆਂ 4 ਵੱਖ ਵੱਖ ਫੋਟੋਆਂ ਖਿੱਚੀਆਂ ਸਾਨੂੰ ਖਿੱਚੀਆਂ ਤਾਂ 8-9 ਸਾਨੂੰ 4 ਬਹੁਤੀਆਂ ਹੀ ਸੋਹਣੀਆਂ ਲੱਗੀਆਂ ਛੱਡਣ ਨੂੰ ਜੀ ਨਹੀਂ ਕੀਤਾ ਅਤੇ ਹੁਣ ਇੱਕ ਖਿਚਾਉਣ ਦੀ ਬਜਾਏ ਅਸੀਂ 4 ਖਿਚਾ ਕੇ ਪ੍ਰਿੰਟ ਕਰਾ ਕੇ ਡਿਜੀਟਲ ਪ੍ਰਿੰਟ ਉਹਨਾਂ ਦੇ ਇਹ ਸਾਨੂੰ ਪਈ ਆ $150 ਦੇ ਵਿੱਚ ਹਾਂ ਹਾਂ ਭਾਜੀ ਫੋਟੋਆਂ ਨਹੀਂ ਵਾਕਈ ਭਾਜੀ ਨਹੀਂ ਫੋਟੋਆਂ ਤਾਂ ਬਹੁਤ ਵਧੀਆ ਹਨਾ ਆਪਣਾ ਆਹ ਸਹੀ ਹੈ ਜੀ ਡਿਸਕਾਊਂਟ ਕਰ ਲਾ ਅਸੀਂ ਤੇਰੀ ਕੋਈ ਨਾ ਕੋਈ ਮਸ਼ਹੂਰੀ ਕਰਦਾ ਨੈਟ ਤੇ ਉਹਨੇ ਜਦੋਂ ਆਪਣਾ ਇੰਸਟਾਗ੍ਰਾਮ ਅਕਾਊਂਟ ਕੱਢ ਕੇ ਵਿਖਾਇਆ ਕੱਢਿਓ ਭਾਈ 1.7 million ਲਾਈਕ ਆ 1.7 ਮਿਲੀਅਨ ਲਾਈਕ ਤੇ ਇਹਦੇ ਫਾਲੋਅਰ ਹੈਗੇ ਆ 5 ਲੱਖ ਇਹਤੇ 5 ਲੱਖ ਟਿਕਟੋਕ ਤੇ 5 ਮਿਲੀਅਨ ਹੁਣ ਅਸੀਂ ਚੱਲੇ ਹਾਂ ਜੀ ਬਰੁਕਲਿਨ ਬ੍ਰਿਜ ਦੇਖਣ ਇੱਥੋਂ ਸਬਵੇ ਲੈ ਕੇ ਸੋ ਇੱਕ ਕੰਮ ਵਧੀਆ ਵਾ ਟਿਕਟਾਂ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਵੀ ਕਾਰਡ ਕਰੋ ਟੈਪ ਪੈਸੇ ਉਹ ਕੱਟ ਲੈਂਦੇ ਆ ਆ ਇੱਧਰ ਭਾਈ ਦੀ ਡਿਟੇਲ ਨਾ ਆ ਜੇ ਚਲੋ ਜੀ ਹੈ ਬਾਲਾ ਹੀ ਕੰਮ ਕਸੂਤਾ ਇੱਧਰ ਆ ਵੀ ਕੱਲ੍ਹ ਦਾ ਸਾਡੇ ਦਿਮਾਗ 'ਚ ਸੀ ਨਿਊਯਾਰਕ ਦੇ ਵਿੱਚ ਜੋ ਇਹਨਾਂ ਦੀ ਪਹਿਲੀ ਸੀ ਬਾਅਦ 'ਚ ਚੱਲ ਬਰਿਆਨੀਆਂ ਬਰੀਨੀਆਂ ਕਈ ਆ ਗਈਆਂ ਪਹਿਲਾਂ ਤਾਂ ਸਟਾਲ ਇਹਦੇ ਹੀ ਹੁੰਦੇ ਸੀ ਨਾ ਹੌਟ ਡੌਗ ਦੇ ਵਾਲੇ ਯੈਸ ਯੈਸ ਸੇਮ ਥੈਂਕ ਯੂ
आ गए हैं ब्रुकलिन ब्रिज जिन्हों बड़ा मशहूर तो कई कारण करके लोग जानते हैं पर अपने इंडिया के शाहरुख खान साहब होना ने कल हो ना हो च इतें गाँव शूट हो ना हाँ उन्हें हाँ कल हो ना हो तो काफ़ी शॉट इतने आ तो परली साइड जड़ी आप घूम चुके हैं मनहैटन तो इधरली साइड ब्रुकलिन इनू कनैक्ट करता यही ब्रिज तो भाजी हुणा दी दसण मुताबक इत्थे पहला सिर्फ फैरी सिस्टम ही चलता हुंदा सी ते लोकी जदों भी पापूलेशन वधी गई फैरियां ते बस च नहीं गल आउंदी सो इन्होंने फिर एक कोई जर्मन इंजीनियर उन्हूं सद्या तो उन्हें सारा डिजाइन किया क्योंकि इस तो पहला भी जिहड़े सस्पेंशन ब्रिज बणदे हुंदे सी ना उन्हां दी कोई लाइफ नहीं हुंदी तीन चार साल डिग जांदे हुंदे सी सो जर्मन इंजीनियर ने आके तां बणाया ढांचा टूंचा पर अनफॉर्चुनेटली किसी ने इत्थे कदे कंडे ते खलोता सी ते किसी ने लिया गया उच्च किश्ती मारी उहदियां लत्तां च तो उन्होंने हो गई टैटनस उहदे टाइम उहदा इलाज नहीं हुंदा तो वो इनफेक्शन नाल ही मर गया उस तो बाद उहदे मुंडे ने जिम्मा चक्किया भाई लाइटां लुटां सारा कुछ बहुत सोहना आउंदा सारा जगमग जी ना और पुल ते बिल्डिंगा वगैरह ये गली चो सामने मैनहैटन ब्रिज देखता ये वाकई सीन बहुत बहुत फिल्मों के देखा कि वही स्ट्रक्चर ए लगती ना गली के धरी पई है सामने दिने जानी कि बिल्कुल ही वखरा ही नज़ारा बहुत सोहना लगना सी बजाय हुण दे सो इतों बैटर व्यू है जी ब्रुकलिन ब्रिज मनहैटन ब्रिज तो परली साइड मैनहैटन ये सी अपना अज का सारा दिन बहुत प्रोडक्टिव सी है ना जिन्ना एक दिन के मोस्ट वेख्या जा सकता तो मोस्ट टाइप ऑफ थिंग्स कीतिया जा सकदियां भी इदा वो कहिंदे हुंदे ना कड़ी राइड आंदे हुंदे भाजी इहनू पता नहीं कड़ी देदे जिहड़ा ऐ उपर थल्ले डिगदा हुंदा ओह राइड इहदे ने इदां दा सी रोलर कोस्टर राइड ते बहुत वधिया सी कंप्लीटली एंजॉय कीता सारा दिन ही ते हुण असीं चले आ मेट्रो फड़ के इत्थों जिथे आपां गड्डी पार्क कीती सी उत्थों गड्डी चक्के घरे जाणा तो रस्ते दे विच हुण असीं माड़ा जिहा फोन देईए साह ते कुछ खास होना नहीं कहता आई होप तुहानूं वीडियो चंगी लगी होवे सो वीडियो जे चंगीआं लगदीआं हुंदीआं वा ते क्योंकि मैनूं SEO नहीं करना आउंदा मेरी वीडियो दो दूसरे या तीसरे दिन डैड हो जांदी है क्योंकि जिहड़े मैं वेखण वाले आ जिन्हां ने वेखणी वेखणी वीडियो वो एक दो दिनां दे विच वेख लैंदे आ बाद दे विच मेरी वीडियो कितें नहीं भाई शो हुंदी सो इस करके तुसीं शेयर शुरू ही कर दिया करो इन्नी कृपा कर दिया करो पर शेयर भी तां ही कीती जां चंगी लगी है नहीं मैं आंदा भी एवें ही भी आपां कोई फर्ज निभाउणा फर्ज नहीं निभाउणा जे कोई चंगी लगदी तां शेयर करती जे नहीं लगी तां रहिंदी तो जे कोई अज कोई गलत चीज़ गलत फैक्ट दस हो गया होवे भाई उहदे लई माफ़ी ऑलवेज अपने एंड ते तुसीं चीज़ां चैक कर लिया करो क्योंकि आपां कोशिश करी दी है भी कुछ भी बोलण तों पहलां नैट नुट ते चैक कर लईए पर फिर भी गलती हो जाती है सो इसलिए भुल चुक माफ़ जिउंदे वास्ते रहो खुश रहो सत श्री अकाल सारिआं।